ਤਾਂ ਪੰਜਾਬ ਲਗਾਤਾਰ ਹੜ੍ਹਾਂ ਦੀ ਮਾਰ ਝੱਲਦਾ ਹੋਇਆ ਦਿਖਾਈ ਦੇ ਰਿਹਾ। ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਹੀ ਲਗਾਤਾਰ ਹੜ੍ਹਾਂ ਦੇ ਕਾਰਨ ਲੋਕਾਂ ਨੂੰ ਕਾਫੀ ਤੰਗ ਪਰੇਸ਼ਾਨੀਆਂ ਆ ਰਹੀਆਂ ਨੇ। ਹਾਲਾਂਕਿ ਪੰਜਾਬ ਦੇ ਵਿੱਚ ਇਸ ਵਕਤ ਕੋਈ ਬਾਰਿਸ਼ ਤਾਂ ਨਹੀਂ ਹੋ ਰਹੀ, ਪਰ ਫਿਰ ਵੀ ਜੋ ਪਹਾੜੀ ਇਲਾਕੇ ਦੇ ਵਿੱਚ ਪਹਾੜੀ ਏਰੀਆ ਦੇ ਵਿੱਚ ਜੋ ਬਾਰਿਸ਼ ਹੋ ਰਹੀ ਹੈ, ਲਗਾਤਾਰ ਭਾਰੀ ਵਰਖਾ ਹੋ ਰਹੀ ਹੈ, ਭਾਰੀ ਮੀਂਹ ਪੈ ਰਿਹਾ ਹੈਗਾ, ਤਾਂ ਉਸ ਦੇ ਨਾਲ ਜਿਹੜੇ ਬੰਨ ਨੇ ਉਹ ਲਗਾਤਾਰ ਖੋਲ੍ਹੇ ਜਾ ਰਹੇ ਨੇ। ਜੇ ਗੱਲ ਕੀਤੀ ਜਾਵੇ ਭਾਖੜਾ ਡੈਮ ਦੀ ਅਤੇ ਜਾਂ ਫਿਰ ਪੌਂਗ ਡੈਮ ਹੋਵੇ, ਦੋਨਾਂ ਡੈਮਾਂ ਦਾ ਪਾਣੀ ਹੀ ਛੱਡਿਆ ਜਾ ਰਿਹਾ ਅਤੇ ਇਹਨਾਂ ਦੀ ਮਾਰ ਜਿਹੜੀ ਹੈਗੀ ਹੁਣ ਪੰਜਾਬ ਝੱਲਦਾ ਹੋਇਆ ਦਿਖਾਈ ਦੇ ਰਿਹਾ ਹੈ। ਤਾਂ ਹੁਣ ਤਰਨ ਤਾਰਨ ਦੇ ਵਿੱਚ ਵੀ ਹੁਣ ਲੋਕਾਂ ਨੂੰ ਜਿਹੜਾ ਕੀ ਹੈ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ, ਕਿਉਂਕਿ ਜਿਹੜਾ ਕਿ ਸਤਲੁਜ ਦਾ ਪਾਣੀ ਜਿਹੜਾ ਹੁਣ ਓਵਰਫਲੋ ਹੁੰਦਾ ਦਿਖਾਈ ਦੇ ਰਿਹਾ ਹੈਗਾ। ਲੋਕਾਂ ਨੂੰ ਘਰ ਤੋਂ ਬਾਹਰ ਹੋਣ ਦੇ ਆਦੇਸ਼ ਦੇ ਦਿੱਤੇ ਗਏ ਨੇ, ਘਰ ਖਾਲੀ ਕਰਨ ਦੇ, ਪਿੰਡ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਡੀਸੀ ਬਲਦੀਪ ਕੌਰ ਦੇ ਵੱਲੋਂ, ਜਿਹੜੇ ਕਿ ਆਦੇਸ਼ ਦਿੱਤੇ ਗਏ ਨੇ ਕਿ ਜਿਹੜੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਾ ਹੈਗਾ, ਤਾਂ ਉਹ ਹਾਲਾਤ ਤੋਂ ਪਹਿਲਾਂ ਹੀ ਆਪਣੇ ਘਰ ਜਿਹੜੇ ਨੇ ਖਾਲੀ ਕਰ ਦੇਣ, ਆਪਣਾ ਕੀਮਤੀ ਸਮਾਨ ਜਿਹੜਾ ਹੈਗਾ ਉਹ ਲੈ ਕੇ ਕਿਤੇ ਸੁਰੱਖਿਅਤ ਜਗ੍ਹਾ ਦੇ ਉੱਪਰ ਜਾ ਸਕਦੇ ਹੋ। ਅਤੇ ਇੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਕਿ ਪ੍ਰਸ਼ਾਸਨ ਵੀ ਉਹਨਾਂ ਦੀ ਮਦਦ ਕਰੇਗਾ, ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ, ਪ੍ਰਸ਼ਾਸਨ ਤੁਹਾਡੀ ਹਰ ਪੱਖੋਂ ਮਦਦ ਕਰੇਗਾ, ਤੁਹਾਡੀ ਹਰ ਪੱਖੋਂ ਸਹਾਇਤਾ ਕਰੇਗਾ। ਅਤੇ ਇਸ ਦੇ ਨਾਲ ਹੀ ਕੰਟਰੋਲ ਰੂਮ ਦੇ ਉੱਪਰ ਵੀ ਕਾਫੀ ਅਧਿਕਾਰੀ ਬੈਠੇ ਹੋਏ ਨੇ, ਕਾਫੀ ਅਫਸਰ ਬੈਠੇ ਹੋਏ ਨੇ, ਜਿਨ੍ਹਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਜੋ ਵੀ ਫੋਨ ਕਰੇਗਾ, ਜੋ ਵੀ ਤੁਹਾਡੇ ਤੋਂ ਮਦਦ ਮੰਗੇਗਾ ਤਾਂ ਤੁਰੰਤ ਉਸਦਾ ਨਿਪਟਾਰਾ ਕੀਤਾ ਜਾਵੇ, ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਤਾਂ ਤਰਨ ਤਾਰਨ ਦੇ ਜਿਹੜੇ ਕਿ ਇਹ ਪਿੰਡ ਨੇ ਉੱਥੇ ਵੀ ਰੈਸਕਿਊ ਓਪਰੇਸ਼ਨ ਹੁਣ ਸ਼ੁਰੂ ਕਰ ਦਿੱਤਾ ਗਿਆ ਹੈਗਾ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਬਰਾਂ ਦੇ ਵਿੱਚ ਰੈਸਕਿਊ ਓਪਰੇਸ਼ਨ ਚਲਾ ਦਿੱਤਾ ਗਿਆ ਹੈਗਾ, ਲੋਕਾਂ ਨੂੰ ਉੱਥੋਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ, ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਰਿਹਾ, ਕਿਉਂਕਿ ਪਾਣੀ ਦਾ ਪੱਧਰ, ਪਾਣੀ ਦਾ ਵਹਾਅ ਕਾਫੀ ਤੇਜ਼ ਹੈਗਾ ਅਤੇ ਲਗਾਤਾਰ ਵੱਧ ਰਿਹਾ ਹੈਗਾ। ਹਾਲਾਂਕਿ ਬੀਤੇ ਦਿਨ ਹੀ ਜਿਹੜਾ ਕੀ ਹੈ ਪਾਕਿਸਤਾਨ ਦੇ ਵੱਲ ਸਤਲੁਜ ਦਾ ਪਾਣੀ ਜਿਹੜਾ ਹੈਗਾ ਛੱਡਿਆ ਗਿਆ ਸੀਗਾ, ਕਾਫੀ ਪਾਣੀ ਪਾਕਿਸਤਾਨ ਦੇ ਵੱਲ ਛੱਡ ਦਿੱਤਾ ਗਿਆ ਸੀ, ਪਰ ਫਿਰ ਵੀ ਹਾਲੇ ਤੱਕ ਵੀ ਪਹਾੜੀ ਇਲਾਕਿਆਂ ਦੇ ਵਿੱਚ ਤੇਜ਼ ਵਰਖਾ ਦੇ ਕਾਰਨ ਲਗਾਤਾਰ ਹੀ ਬੰਨ ਜਿਹੜੇ ਨੇ ਉਹ ਖੋਲ੍ਹੇ ਜਾ ਰਹੇ ਨੇ, ਫਲੱਡ ਗੇਟ ਖੋਲ੍ਹੇ ਜਾ ਰਹੇ ਨੇ, ਜਿਸ ਦੇ ਮੱਦੇਨਜ਼ਰ ਪੰਜਾਬ ਫਿਰ ਤੋਂ ਹੜ੍ਹਾਂ ਦੀ ਮਾਰ ਝੱਲਦਾ ਹੋਇਆ ਦਿਖਾਈ ਦੇ ਰਿਹਾ ਹੈਗਾ। ਤਾਂ ਪੰਜਾਬ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਬਰਾਂ ਦੇ ਵਿੱਚ ਰੈਸਕਿਊ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ, ਡੀਸੀ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਪਿੰਡ ਖਾਲੀ ਕਰ ਦਿੱਤੇ ਜਾਣ, ਪਿੰਡਾਂ ਦੇ ਲੋਕ ਜਿਹੜੇ ਨੇ ਜਿੱਥੇ ਜਿੱਥੇ ਪਾਣੀ ਆ ਰਿਹਾ ਹੈਗਾ, ਪਾਣੀ ਲਗਾਤਾਰ ਜਿੱਥੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈਗਾ, ਤਾਂ ਉਹ ਹਾਲਾਤ ਨੂੰ ਵੇਖਦੇ ਹੋਏ ਪਹਿਲਾਂ ਹੀ ਆਪਣਾ ਜੋ ਵੀ ਕੀਮਤੀ ਸਮਾਨ ਹੈ ਤਾਂ ਉਹ ਆਪਣੇ ਨਾਲ ਜਾ ਕੇ ਕਿਤੇ ਸੁਰੱਖਿਅਤ ਜਗ੍ਹਾ ਦੇ ਉੱਪਰ ਜਾ ਸਕਦੇ ਹੋ। ਅਤੇ ਨਾਲ ਹੀ ਆਦੇਸ਼ ਦਿੱਤੇ ਗਏ ਨੇ ਕੰਟਰੋਲ ਰੂਮ ਦੇ ਵਿੱਚ ਕਿ ਜੋ ਵੀ ਫੋਨ ਕਰੇਗਾ, ਜੋ ਵੀ ਤੁਹਾਡੇ ਤੋਂ ਮਦਦ ਮੰਗੇਗਾ, ਉਸਦਾ ਤੁਰੰਤ ਨਿਪਟਾਰਾ ਕੀਤਾ ਜਾਵੇ, ਉਸਦੀ ਤੁਰੰਤ ਹਰ ਪੱਖ ਤੋਂ ਮਦਦ ਕੀਤੀ ਜਾਵੇ। ਤਾਂ ਪੰਜਾਬ ਬੀਤੇ ਕਈ ਦਿਨਾਂ ਤੋਂ ਹੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈਗਾ, ਤਾਂ ਉਸ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਕੀ ਹੈ ਵਰਖਾ ਭਾਵੇਂ ਨਹੀਂ ਹੋਈ, ਮੀਂਹ ਭਾਵੇਂ ਨਹੀਂ ਪਿਆ ਪੰਜਾਬ ਦੇ ਵਿੱਚ, ਪਰ ਫਿਰ ਵੀ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਸੀ, ਤਾਂ ਹੁਣ ਉੱਥੇ ਹੀ ਫਿਰ ਤੋਂ ਪਾਣੀ ਦਾ ਪੱਧਰ ਫਿਰ ਤੋਂ ਵਾਧਾ ਹੋਇਆ ਦਿਖਾਈ ਦੇ ਰਿਹਾ ਹੈਗਾ, ਜਿੱਥੇ ਲੋਕਾਂ ਨੇ ਆਪਣੇ ਘਰ ਪਹਿਲਾਂ ਛੱਡੇ ਸੀ ਅਤੇ ਹੁਣ ਫਿਰ ਤੋਂ ਉਹਨਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਨੇ, ਕਿਉਂਕਿ ਪਾਣੀ ਦਾ ਵਹਾਅ ਕਾਫੀ ਤੇਜ਼ ਹੈਗਾ। ਤਾਂ ਬੀਤੇ ਦਿਨ ਹੀ ਹੁਸ਼ਿਆਰਪੁਰ ਦੌਰੇ 'ਤੇ ਵੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਵੱਲੋਂ ਵੀ ਦੌਰਾ ਕੀਤਾ ਗਿਆ ਸੀ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ, ਹੜ੍ਹ ਪ੍ਰਭਾਵਿਤ ਪਿੰਡਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ, ਉਹਨਾਂ ਸਭ ਨੂੰ ਮੁਆਵਜ਼ਾ ਮਿਲੇਗਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆਗਾ, ਚਾਹੇ ਖੇਤੀ ਦੇ ਪੱਖੋਂ ਹੋਵੇ ਅਤੇ ਚਾਹੇ ਉਹਨਾਂ ਦਾ ਕੀਮਤੀ ਸਮਾਨ, ਉਹਨਾਂ ਦਾ ਘਰ ਬਾਰ ਟੁੱਟ ਗਿਆ ਹੋਵੇ, ਢਹਿ ਹੋ ਗਿਆ ਹੋਵੇ, ਤਾਂ ਉਹਨਾਂ ਨੂੰ ਵੀ ਮੁਆਵਜ਼ਾ, ਉਹਨਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰ ਦੇ ਵੱਲੋਂ ਤਾਂ ਬੀਤੇ ਦਿਨ ਹੀ ਦੌਰਾ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ, ਹੜ੍ਹ ਪ੍ਰਭਾਵਿਤ ਇਲਾਕੇ ਹੁਸ਼ਿਆਰਪੁਰ ਵਾਲੇ ਪਾਸੇ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਸੀ। ਤਾਂ ਹੁਣ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੀ ਤਰਨ ਤਾਰਨ ਦੇ ਇਲਾਕਿਆਂ ਦੀਆਂ, ਇਹ ਤਸਵੀਰਾਂ ਨੇ ਜਿੱਥੇ ਕਿ ਸਤਲੁਜ ਨੇ ਕਾਫੀ ਜ਼ਿਆਦਾ ਪ੍ਰਕੋਪ ਆਪਣਾ ਢਾਇਆ ਹੋਇਆ ਹੈਗਾ। ਹਾਲਾਂਕਿ ਘੱਗਰ ਇਸ ਵਕਤ ਸ਼ਾਂਤ ਬੈਠਾ ਹੋਇਆ ਹੈਗਾ, ਪਰ ਭਾਖੜਾ ਡੈਮ ਦਾ ਭਾਖੜਾ ਬੰਨ ਖੋਲ੍ਹਣ ਦੇ ਨਾਲ, ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੇ ਨਾਲ ਸਤਲੁਜ ਜਿਹੜਾ ਓਵਰਫਲੋ ਹੁੰਦਾ ਦਿਖਾਈ ਦੇ ਰਿਹਾ, ਜਿਸ ਦੇ ਕਾਰਨ ਕਿ ਕਈ ਇਲਾਕੇ ਨੇ ਜਿਹੜੇ ਤਰਨ ਤਾਰਨ ਦੇ ਕਈ ਇਲਾਕੇ ਇਸਦੀ ਚਪੇਟ ਦੇ ਵਿੱਚ ਆ ਚੁੱਕੇ ਨੇ। ਤਾਂ ਉੱਧਰ ਹੀ ਗੁਰਦਾਸਪੁਰ ਵਾਲੀ ਸਾਈਡ, ਗੁਰਦਾਸਪੁਰ ਬਿਆਸ ਦਾ ਜਿਹੜਾ ਦਰਿਆ ਹੈਗਾ ਉਹ ਉੱਧਰ ਆਪਣਾ ਕਹਿਰ ਢਾ ਰਿਹਾ ਹੈਗਾ, ਤਾਂ ਹਰ ਪੱਖ ਤੋਂ ਹੀ, ਹਰ ਪਾਸੇ ਤੋਂ ਹੀ ਜਿਹੜੇ ਦਰਿਆਵਾਂ ਦੇ ਜਿਹੜੇ ਪਾਣੀ ਨੇ, ਹੜ੍ਹਾਂ ਦੇ ਪਾਣੀ ਨੇ, ਉਹ ਪੰਜਾਬ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਹੇ ਨੇ। ਤਾਂ ਲੋਕਾਂ ਦੇ ਵੱਲੋਂ ਆਪਣੇ ਘਰ ਛੱਡੇ ਜਾ ਰਹੇ ਨੇ, ਕਿਉਂਕਿ ਡੀਸੀ ਦੇ ਵੱਲੋਂ ਵੀ
आदेश दिए गए हैं कि अपने घर तुरंत खाली कर दते जाओ, अपने जेड़े ने पिंड जिथे जिथे पानी पहुँच गया तो उन्होंने तुरंत खाली कर दिता जाए।